ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਪਬਲਿਕ ਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਖਾਣ ਪੈਣੀ ਬਾਰੇ ਦੋਸਤੋ ਖਾਣ ਪੈਣੀ ਨੇ ਬੱਬੂ ਮਾਨ ਦੀ ਸਪੋਰਟਸ ਕਰ ਦਿੱਤੀ ਹੈ ਆਪਣੇ ਇੱਕ ਗਾਣੇ ਵਿੱਚ ਦੋਸਤੋ ਪਰ ਉਸ ਤੋਂ ਪਹਿਲਾਂ ਗੱਲ ਕਰ ਲੈਣੇ ਆਂ ਤਰਸੇਮ ਜਸੜ ਬਾਰੇ ਦੋਸਤੋ ਤਰਸੇਮ ਜਸੜ ਜੋ ਕਿ ਬਹੁਤ ਹੀ ਮਹਾਨ ਪੰਜਾਬੀ ਸਿੰਗਰ ਹੈ ਤੇ ਕੌਂਟਰੋਵਰਸੀਆਂ ਤੋਂ ਕਾਫੀ ਦੂਰ ਰਹਿੰਦਾ ਹੈ ਦੋਸਤੋ ਪਰ ਉਹਨਾਂ ਨੇ ਹੁਣ ਸਿੱਧੂ ਨੂੰ ਇੱਕ ਰਿਪਲਾਈ ਦੇ ਦਿੱਤਾ ਹੈ ਆਪਣੇ ਆਏ ਨਵੇਂ Song ਵਿੱਚ ਦੋਸਤੋ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਸਿੱਧੂ ਦਾ ਅੱਜ ਤੋਂ ਕਾਫੀ ਟਾਈਮ ਪਹਿਲਾਂ ਇੱਕ ਗਾਣਾ ਆਇਆ ਸੀ ਐਲ ਚੈਪੋ ਤੇ ਉਹ ਆਪਦੇ ਹੋਰ ਗਾਣਿਆਂ ਵਿੱਚ ਵੀ ਐਲ ਚੈਪੋ ਜਾਂ ਪਾਬਲੋ ਐਸਕੋਬਾਰ ਬਾਰ-ਬਾਰ ਹੀ ਗੱਲ ਕਰਦੇ ਹੀ ਰਹਿੰਦੇ ਹਨ ਜੋ ਕਿ ਉਹਨਾਂ ਲਈ ਰੋਲ ਮਾਡਲ ਦੇ ਰੂਪ 'ਚ ਮੰਨੇ ਗਏ ਹਨ ਪਰ ਦੋਸਤੋ ਤਰਸੇਮ ਜੱਸੜ ਨੇ ਹੁਣ ਉਹਨਾਂ ਨੂੰ ਇੱਕ ਬਹੁਤ ਹੀ ਵੱਡਾ ਰਿਪਲਾਈ ਦੇ ਦਿੱਤਾ ਹੈ ਆਏ ਤੁਹਾਨੂੰ ਸੁਣਾਉਨੇ ਆ ਉਹ ਰਿਪਲਾਈ ਦੋਸਤੋ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਤਰਸੇਮ ਜਸੜ ਨੇ ਇਹ ਗੱਲ ਕਿਸ ਨੂੰ ਕਹੀ ਹੈ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਐਲ ਚੈਪੋ ਤੇ ਪਾਬਲੋ ਇਸਕੋਬਰ ਨੂੰ ਛੱਡ ਕੇ ਕਰਤਾਰ ਸਰਾਬੇ ਵਰਗੇ ਬਾਰੇ ਗੱਲ ਕਰਨੀ ਚਾਹੀਦੀ ਹੈ ਜਿਨ੍ਹਾਂ ਬਾਰੇ ਉਸਤਾਦ ਬੱਬੂ ਮਾਨ ਸਾਹਿਬ ਨੇ ਵੀ ਆਪਣੇ ਧੂਆਂ ਗਾਣੇ ਵਿੱਚ ਗੱਲ ਕੀਤੀ ਹੈ ਦੋਸਤੋ ਹੁਣ ਵਾਪਸ ਆਏ ਆ ਅੱਜ ਦੀ ਦੂਜੀ ਅਪਡੇਟ ਵੱਲ ਦੋਸਤੋ ਖਾਣ ਪੀਣੇ 우ਸਤਾਦ ਬੱਬੂ ਮਾਨ ਦੇ ਫੈਨ ਹਨ ਤੇ ਉਹਨਾਂ ਨੇ ਆਪਣੇ ਕਈ ਇੰਟਰਵਿਊਆਂ ਵਿੱਚ ਵੀ ਇਹ ਗੱਲ ਦੱਸੀ ਹੈ ਪਰ ਹੁਣ ਉਹਨਾਂ ਦਾ ਇੱਕ ਗਾਣਾ ਹੋਰ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਬੱਬੂ ਮਾਨ ਦਾ ਨਾਮ ਲੈ ਕੇ ਇੱਕ Song गा ਰਹੇ ਹਨ ਆਇਓ ਤੁਹਾਨੂੰ ਸੁਣਾਉਣੇ ਆ ਉਹ Song ਮੁੰਡਾ ਪਿੰਡ ਵਿੱਚ ਬੈਨਖੰਤ ਵਾਲੇ ਦਾ ਦੋਸਤੋ Song Song ਤੋਂ ਬਾਅਦ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਇਸ ਵਿੱਚ ਖਾਨ ਪੈਣੀ ਬੱਬੂ ਮਾਨ ਨੂੰ ਆਪਣਾ ਉਸਤਾਦ ਕਹਿ ਰਹੇ ਹਨ ਤੇ ਦੋਸਤੋ ਉਹ ਕਹਿ ਰਹੇ ਹਨ ਕਿ ਮੈਂ ਵੀ ਖੰਡ ਵਾਲੇ ਦਾ ਫੈਨ ਹਾਂ ਦੋਸਤੋ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਖੰਡ ਵਾਲੇ ਦੀ ਸਾਰੀ ਦੁਨੀਆ ਹੀ ਫੈਨ ਹੈ ਕਿਉਂਕਿ ਇਹੋ ਜਿਹਾ ਬੰਦਾ ਨਾ ਤਾਂ ਦੁਨੀਆ ਤੇ ਆਇਆ ਤੇ ਨਾ ਹੀ ਆਉਣਾ ਹੈ ਦੋਸਤੋ ਬੰਦਾ ਇੰਨਾ ਮਸ਼ਹੂਰ ਹੋ ਗਿਆ ਪਰ ਇਹਦੀ ਆਵਾਜ਼ ਤਾਂ ਹਜੇ ਵੀ ਚੇਂਜ ਨਹੀਂ ਹੋਈਆਂ ਇਹ ਆਪਦੀ ਉਹੀ ਮਨ ਮਰਜ਼ੀ ਕਰਦਾ ਹੈ ਜੋ ਇਹਦੇ ਦਿਲ ਚ ਆਉਂਦੀ ਹੈ। ਦੋਸਤੋ ਇਹ ਭੇਡਚਾਲ ਮਗਰ ਨਹੀਂ ਲੱਗਦਾ ਤਾਂ ਹੀ ਤਾਂ ਇਹਨਾਂ ਨੂੰ ਉਸਤਾਦ ਕਿਹਾ ਜਾਂਦਾ ਹੈ। ਇਹ ਪੰਜਾਬੀ ਇੰਡਸਟਰੀ ਦਾ ਉਸਤਾਦ ਹੈ। ਉਸਤਾਦ ਬਬੂਮਾਨ ਤੇ ਦੋਸਤੋ ਇਹੋ ਜਿਹੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਕਿਉਂਕਿ ਅਸੀਂ ਉਸਤਾਦ ਬਬੂਮਾਨ ਤੋਂ ਰਿਲੇਟਿਡ ਇਹੋ ਜਿਹੇ ਵੀਡੀਓਜ਼ ਆਪਣੇ ਚੈਨਲ ਤੇ ਅਪਲੋਡ ਕਰਦੇ ਰਹਿੰਦੇ ਆ। ਧੰਨਵਾਦ ਜੀ।